ਸਤਿ ਸ਼੍ਰੀ ਅਕਾਲ ਲੋਕਰਨ ਪੰਜਾਬੀ ਤੇ ਸਵਾਗਤ ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਉੱਗੇ ਵਿਦਵਾਨ ਡਾਕਟਰ ਰਵਿੰਦਰ ਸਿੰਘ ਪੱਟੀ ਸਾਹਿਬ ਮੌਜੂਦ ਨੇ। ਪੱਟੀ ਸਾਹਿਬ ਸਵਾਗਤ ਹੈ ਜੀ। ਆਇਆਂ ਸ਼ੁਕਰੀਆ ਭੰਗੂ ਸਾਹਿਬ, ਸਤਿ ਸ਼੍ਰੀ ਅਕਾਲ, ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਕਹਿੰਦੇ ਕਿ ਬਜਟ ਸੱਜਣਾ ਸੀ, ਇਸ ਵਾਰ ਤਾਂ ਗੱਲ ਵੀ ਅਲੱਗ ਜਿਹੇ ਤਰੀਕੇ ਨਾਲ ਕਰ ਰਹੇ ਸੀ ਵੀ ਦੋ ਵਾਰੀਆਂ 'ਚ ਬਜਟ ਹੋਊਗਾ, ਇਹ ਤਾਂ ਪਹਿਲਾ ਪੜਾਅ ਹੋਊਗਾ, ਦੋ ਦਿਨ ਦਾ ਫਿਰ ਦੂਜਾ ਪੜਾਅ ਹੋਊਗਾ। ਗਵਰਨਰ ਸਾਹਿਬ ਕਹਿੰਦੇ ਨਾ ਨਾ ਵੀ ਏਦਾਂ ਗੱਲ ਨਹੀਂ ਚੱਲਣੀ ਹੈਗੀ, ਵੀ ਮੈਂ ਆਪਣੇ ਪੂਰੇ ਕਾਗਜ਼ ਫਰੋਲਾ ਫਰੋਲੀ ਕਰੂੰਗਾ, ਫਿਰ ਦੇਖੂੰਗਾ ਬਜਟ ਤੁਹਾਡਾ ਸੈਸ਼ਨ ਹੋ ਸਕਦਾ ਜਾਂ ਨਹੀਂ। ਬੜੀ ਅਹਿਮ ਗੱਲ ਹੈ, ਲਗਾਤਾਰ ਗਵਰਨਰ ਦੇ ਨਾਲ ਟਕਰਾਅ ਪੰਜਾਬ ਸਰਕਾਰ ਦਾ, ਇੱਕ ਮਹੀਨੇ ਦੇ ਵਿੱਚ ਦੋ ਇਹੋ ਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਕਿ ਇੱਕ ਪਾਸੇ ਤਾਂ ਗਵਰਨਰ ਸਾਹਿਬ ਆ ਜਾਂਦੇ ਨੇ, ਦੂਜੇ ਪਾਸੇ ਪੰਜਾਬ ਸਰਕਾਰ ਆ, ਤੇ ਗਵਰਨਰ ਸਾਹਿਬ ਵੀ ਹਟਦੇ ਨਹੀਂ ਹੈਗੇ, ਉਹ ਵੀ ਨਵਾਂ ਕਾਨੂੰਨ ਕੱਢ ਲਿਆਉਂਦੇ ਨੇ, ਦੂਜੇ ਪਾਸੇ ਪੰਜਾਬ ਸਰਕਾਰ ਨੇ ਵੀ ਕਿਹਾ ਸੀ ਕਿ ਉਹਨੂੰ ਥੋੜ੍ਹੀ ਜਵਾਬ ਦੇਵਾਂਗੇ, 92 MLA ਨੇ, 3 ਕਰੋੜ ਪੰਜਾਬੀਆਂ ਨੇ ਚੁਣੇ ਆ, ਉਹਨਾਂ ਨੂੰ ਜਵਾਬ ਦੇਵਾਂਗੇ। ਇੱਕ 90 ਤੋਂ MLA ਨੇ ਦੇਵ ਮਾਨ ਸਾਹਿਬ, ਉਹਨਾਂ ਦੀ ਗੱਲ ਵੀ ਸ਼ਾਇਦ ਗਵਰਨਰ ਸਾਹਿਬ ਨੂੰ ਭੁੱਲ ਗਈ ਵੀ ਜੇ ਗਵਰਨਰ ਨੂੰ ਭੁਲੇਖਾ ਤਾਂ ਆ ਜੇ ਫਿਰ 90 ਤੋਂ ਇਲੈਕਸ਼ਨ ਲੜ ਲਏ, ਦੱਸ ਦਾਂਗੇ ਵੱਡੇ ਕੌਣ ਹੈ। ਤੇ ਇੱਕ ਤਾਂ ਗਵਰਨਰ ਵਾਲਾ ਇਸ਼ੂ, ਦੂਜਾ MLA ਕਹਿੰਦੇ, ਇੱਕ ਤੀਜਾ ਹੋਰ ਫਸ ਗਿਆ, ਉਹ 3-4 ਦਿਨਾਂ ਦੀ ਗੱਲ ਚੱਲੀ ਜਾਂਦੀ ਹੈ ਕਿ ਭ੍ਰਿਸ਼ਟਾਚਾਰ, 4 ਲੱਖ ਰੁਪਈਆ, DDPO, CDPO, ਸਰਪੰਚ, ਸਰਪੰਚ ਦੇ ਘਰ ਵਾਲਾ, ਮਹਿਲਾ ਸਰਪੰਚ, ਕਾਫੀ ਕੁਛ ਹੈ ਡਾਕਟਰ ਸਾਹਿਬ ਇਹਦੇ 'ਚ। ਤੇ ਸ਼ੁਰੂ 'ਚ ਇਹ ਸਮਝਾਇਓ ਵੀ ਗਵਰਨਰ ਨਾਲ ਜਿਹੜਾ ਆਹ ਟਕਰਾਅ ਹੈ, ਕਿਵੇਂ ਆਪਾਂ ਦੇਖੀਏ, ਇੱਕ ਕੋਈ ਘਟਨਾ ਅਚਾਨਕ ਹੁੰਦੀ ਹੈ, ਇੱਕ ਵਾਰ ਹੋ ਜੇ, ਦੋ ਵਾਰ ਹੋ ਜੇ, ਉਸ ਨੂੰ ਮੰਨ ਸਕਦੇ ਹਾਂ ਆਪਾਂ ਅਚਾਨਕ ਘਟਨਾ, ਹੁਣ ਗਵਰਨਰ ਸਾਹਿਬ ਵੀ ਮੈਨੂੰ ਘੱਟ ਨਹੀਂ ਜਾਪਦੇ ਹੈਗੇ, ਕਿਵੇਂ ਲਿਓਗੇ ਤੁਸੀਂ ਸਾਰੇ ਇਸ ਮਾਮਲੇ? ਪੰਗੂ ਸਾਹਿਬ, ਅਸਲ ਦੇ ਵਿੱਚ ਤਾਂ ਲੜਾਈ ਤਾਂ ਜਿਹੜੀ ਚੱਲ ਰਹੀ ਹੈ ਉਹ BJP ਤੇ ਆਪ ਦੀ ਲੜਾਈ ਹੈ। ਦੇਖੋ, ਦਿੱਲੀ ਦੇ ਵਿੱਚ ਜਿਹੜਾ ਮੇਅਰ ਪਿੱਛੇ ਅੱਜ ਜਿਹੜੇ ਮੈਕ ਤੋੜੇ ਨੇ ਉਹ ਵੀ ਆਪਣੇ ਸਾਹਮਣੇ ਨੇ। ਗਵਰਨਰ BJP ਦਾ ਨੁਮਾਇੰਦੇ ਦੇ ਤੌਰ 'ਤੇ ਗੱਲ ਕਰ ਰਿਹਾ। ਭਗਵੰਤ ਮਾਨ ਅਸਲ ਦੇ ਵਿੱਚ ਜਿਹੜੇ ਸਾਡੇ CM ਨੇ ਉਹਨਾਂ ਨੂੰ ਕੰਸਟੀਟਿਊਸ਼ਨਲ ਜਾਂ ਜਿਹੜੀਆਂ ਡੀਸੈਂਸੀਜ਼ ਨੇ, ਡੈਕੋਰਮ ਹੈ, ਉਹਦਾ ਪਤਾ ਨਹੀਂ ਹੈ। ਦੋਨੇ ਪਾਸੇ ਈਗੋ ਦਾ ਮਸਲਾ ਹੈ। ਇੱਕ ਕਹਿ ਰਿਹਾ ਕਿ ਮੈਨੂੰ 3 ਕਰੋੜ ਨੇ ਚੁਣ ਲਿਆ, ਦੂਜਾ ਕਹਿ ਰਿਹਾ ਮੈਂ ਕੇਂਦਰੀ ਗੌਰਮੈਂਟ ਦਾ ਨੁਮਾਇੰਦਾ, ਸੰਵਿਧਾਨਕ ਪੋਸਟ ਹੈ, ਸੰਵਿਧਾਨ ਦਾ ਮੈਂ ਨੁਮਾਇੰਦਾ, ਮੇਰੀ ਡਿਊਟੀ ਹੈ ਕਿ ਮੈਂ ਸੰਵਿਧਾਨ ਦੀ ਰਾਖੀ ਕਰਾਂ। ਅੱਛਾ, ਦੋਨੇ ਬੈਠ ਕੇ ਪਿਆਰ ਨਾਲ ਕਰ ਸਕਦੇ ਸੀ, ਵਿੱਚ ਈਗੋ ਆ ਜਾਂਦੀ ਹੈ। ਸ਼ੁਰੂ ਦੇਖੋ ਕਿੱਥੋਂ ਹੋਇਆ। ਪਹਿਲਾਂ ਇੱਕ ਵਾਰ ਇਹਨਾਂ ਨੇ ਇਹਨੂੰ ਕ੍ਰਾਂਤੀਕਾਰੀ ਵੀ ਕਿਹਾ ਸੀ। ਤੁਹਾਨੂੰ ਯਾਦ ਹੋਣਾ, ਮਾਨ ਸਾਹਿਬ ਨੇ ਜਦੋਂ ਮੋਦੀ ਜੀ ਇੱਥੇ ਆਏ, ਉਹ ਕਿਹੜਾ ਹਸਪਤਾਲ ਸੀ ਉਹਦਾ ਉਦਘਾਟਨ ਕਰਨ ਨੂੰ, ਤਾਂ ਉਦੋਂ ਇਹਨਾਂ ਨੇ ਸਟੇਜ 'ਤੇ ਮਤਲਬ ਗੁਣ ਗਾਏ। ਅੱਛਾ, ਭਗਵੰਤ ਮਾਨ ਦੀ ਸਾਡੇ CM ਦੀ ਇੱਕ ਸਮੱਸਿਆ ਹੈ। ਸਮੱਸਿਆ ਇਹ ਹੈ ਕਿ ਉਹਦੀ ਜਿਹੜੀ ਬੈਕਗਰਾਊਂਡ ਹੈ ਅਸਲ ਦੇ ਵਿੱਚ ਸਟੇਜ ਦੀ, ਨਟੰਕੀ ਦੀ, ਹੋਰ, ਉਹ ਜਾਂ ਤਾਂ ਐਕਸਟ੍ਰੀਮਲੀ ਸਿਫਤ ਕਰਨਗੇ ਜਾਂ ਐਕਸਟ੍ਰੀਮਲੀ ਭੰਡੀ ਕਰਨਗੇ। ਇਹਦੇ ਵਿੱਚ ਵਿਚਾਲੇ ਵਾਲਾ ਰਸਤਾ ਨਹੀਂ ਉਹਨਾਂ ਨੂੰ ਆਉਂਦਾ, ਕਿਉਂਕਿ ਧਿਆਨ ਉਹ ਦੋਨੇ ਚੀਜ਼ਾਂ ਖਿੱਚਦੀਆਂ ਨੇ, ਜਾਂ ਬਹੁਤ ਭੈੜਾ ਕਿਸੇ ਦਾ ਮਜ਼ਾਕ ਉਡਾਓ ਤਾਂ ਧਿਆਨ ਖਿੱਚਿਆ ਜਾਂਦਾ, ਜਾਂ ਕਿਸੇ ਦਾ ਟਾਂਕਾ ਵਜਾਓ ਤਾਂ ਖਿੱਚਿਆ ਜਾਂਦਾ। ਜੇ ਤੁਸੀਂ ਵੈਸੇ ਹੀ ਨੋਰਮਲ ਜਿਹੀਆਂ ਗੱਲਾਂ ਕਰੀ ਜਾਓ, ਉਹਦੇ ਨਾਲ ਲੋਕ ਬੋਰ ਹੋ ਜਾਂਦੇ ਨੇ, ਉਹ ਐਂਟਰਟੇਨਰ ਹੈ ਸੁਭਾਅ ਦੇ ਤੌਰ 'ਤੇ। ਸੋ ਹੁਣ ਕੀ ਹੈ ਕਿ ਪੰਗਾ ਵੱਧ ਗਿਆ ਬਹੁਤ ਜ਼ਿਆਦਾ। ਪਹਿਲਾਂ VCਾਂ ਦੀਆਂ ਅਪੁਆਇੰਟਮੈਂਟਾਂ, ਹੋਰ, ਫਿਰ ਉਹਨੇ ਚਿੱਠੀ ਲਿਖਤੀ ਕਿ ਜੀ ਮੈਨੂੰ ਉਹ ਆਹ 4-5 ਪੁਆਇੰਟ ਸੀ ਉਹਦੇ 'ਚ, ਸਿੰਗਾਪੁਰ ਵਾਲੇ ਟੀਚਰਾਂ ਦਾ, ਇੱਕ ਕੋਈ ਉਹ ਚੇਅਰਮੈਨ ਲਾਇਆ ਸੀ ਕਾਸੇ ਦਾ, ਫਿਰ ਉਹ ਕੁਲਦੀਪ ਸਿੰਘ ਚਹਿਲ ਦਾ, ਮਤਲਬ 5-7 ਪੁਆਇੰਟ ਉਹਨੇ ਵਿੱਚ ਗਿਣ ਕੇ ਚਿੱਠੀ ਲਿਖਤੀ। ਯਾਰ, ਇਹਨਾਂ ਨੇ ਉਹਦਾ ਜਵਾਬ ਦਿੱਤਾ, ਜਵਾਬ ਬੜਾ ਬਦਤਮੀਜ਼ੀ ਵਾਲਾ ਸੀ, ਕਿ ਮੇਰਾ ਜਿਹੜਾ ਟਵੀਟ ਹੈ ਇਹਨੂੰ ਜਵਾਬ ਸਮਝਿਆ ਜਾਵੇ, ਮੈਂ ਤੁਹਾਡਾ ਕਿਸੇ ਨੂੰ ਕੱਖ ਨਹੀਂ ਸਮਝਦਾ, ਮਤਲਬ ਇਹ ਸੀ ਗੱਲ ਅਸਲ 'ਚ। ਫਿਰ ਦੁਬਾਰਾ ਮਤਲਬ ਟਵੀਟ ਤੋਂ ਬਾਅਦ ਚਿੱਠੀ ਵੀ ਲਿਖਤੀ ਕਿ ਤੁਹਾਡੀ ਕੀ ਕੁਆਲੀਫਿਕੇਸ਼ਨ ਹੈ ਮੈਨੂੰ ਦੱਸੋ, ਤੁਹਾਨੂੰ ਕਿਹੜੀ ਕੁਆਲੀਫਿਕੇਸ਼ਨ ਦੇ ਉੱਪਰ ਲਾਇਆ ਗਿਆ ਹੈ। ਇਹ ਦੇਖੋ, ਸਿੱਧੀ ਇੰਸਲਟ ਕਰਨ ਵਾਲੀ ਗੱਲ ਸੀ। ਕੰਸਟੀਟਿਊਸ਼ਨਲ ਪੋਸਟ 'ਤੇ ਇੱਕ ਬੰਦਾ ਬੈਠਾ ਹੈ, ਕਿਸੇ ਤਰੀਕੇ ਨਾਲ ਲੱਗ ਗਿਆ, ਜੋ ਮਰਜ਼ੀ ਹੋਇਆ, ਮਤਲਬ ਇਹ ਪਬਲਿਕ ਦੇ ਵਿੱਚ ਪ੍ਰਾਈਵੇਟ ਗੱਲਾਂ ਹੁੰਦੀਆਂ ਨੇ, ਤੁਸੀਂ ਮਜ਼ਾਕ ਕਰ ਲਓ। ਪਬਲਿਕ 'ਚ ਜਦੋਂ ਇੱਕ ਚੁਣਿਆ ਹੋਇਆ ਨੁਮਾਇੰਦਾ CM ਪੰਜਾਬ ਦਾ ਇਹ ਕਹਿ ਰਿਹਾ, ਤਾਂ ਗੱਲ ਬੜੀ ਵੱਡੀ ਹੋ ਜਾਂਦੀ ਹੈ। ਇੱਦਾਂ ਹੀ ਜਿਹੜਾ ਗਵਰਨਰ ਜਦੋਂ ਕੋਈ ਗੱਲ ਕਹਿੰਦਾ, ਬੜੀ ਵੱਡੀ ਗੱਲ ਬਣ ਜਾਂਦੀ ਹੈ। ਹੁਣ ਸਮੱਸਿਆ ਇਹ ਆ ਗਈ ਕਿ ਇਹਨਾਂ ਨੇ ਚਿੱਠੀ ਲਿਖੀ ਕਿ ਜੀ ਅਸੀਂ ਬਜਟ ਸੈਸ਼ਨ ਸੱਦਣਾ, ਸਾਨੂੰ ਤੁਸੀਂ ਉਹਦੀ ਇਜਾਜ਼ਤ ਦਿਓ। ਜਦੋਂ ਤੁਸੀਂ ਉਹਦੀਆਂ ਗੱਲਾਂ ਦਾ ਜਵਾਬ ਨਹੀਂ ਦੇ ਰਹੇ, ਫਿਰ ਇਜਾਜ਼ਤ ਕਿਉਂ ਮੰਗ ਰਹੇ ਹੋ ਭਾਈ? ਫਿਰ ਸੈਸ਼ਨ ਸੱਦੋ। ਫਿਰ ਤੁਸੀਂ ਬੇਸਿਕਲੀ ਇਹੋ ਜਿਹੀਆਂ ਗੱਲਾਂ ਕਰ ਰਹੇ ਸੀ, ਉਹਦੇ ਮੁਤਾਬਕ ਤਾਂ ਬਣਦਾ ਇਹ ਸੀ ਵੀ ਉਹਦਾ ਪੰਜਾਬ ਭਵਨ ਖਾਲੀ ਕਰਾਓ, ਉਹਦਾ ਸਮਾਨ ਲੱਦ ਕੇ ਦਿੱਲੀ ਨੂੰ ਭੇਜ ਦਿਓ ਉਹਨੂੰ। ਗੱਲਾਂ ਤਾਂ ਇਹ ਸੀ, ਉਹਨਾਂ ਦੀ ਜਿਹੜੀ ਸਪਿਰਿਟ, ਜੋ ਕੁਛ ਕਿਹਾ ਗਿਆ ਕਿ ਅਸੀਂ ਕਿਸੇ ਗਵਰਨਰ ਨੂੰ ਵੀ ਜਵਾਬਦੇਹ ਨਹੀਂ ਹਾਂ, ਤੁਹਾਨੂੰ ਕਿਹਨੇ ਲਾਤਾ, ਕਿਹੜੇ ਰੂਲਾਂ ਤਹਿਤ ਲਾਇਆ, ਕਿਹੜੀ ਮੈਰਿਟ ਹੈ ਤੁਹਾਡੀ, ਜਦੋਂ ਮਿਣੋ ਮਿਣੀ ਇੱਦਾਂ ਹੋ ਗਏ, ਤਾਂ ਫਿਰ ਇਹ ਚਿੱਠੀ ਲਿਖਣ ਦਾ ਕੋਈ ਤੁੱਕ ਨਹੀਂ ਬਣਦੀ। ਫਿਰ ਉਹਦੇ ਤੋਂ ਕਾਹਦੀ ਇਜਾਜ਼ਤ ਲੈਣੀ ਹੈ ਵੀ ਤੁਸੀਂ, ਜਦੋਂ ਤੁਸੀਂ ਮੰਨਦੇ ਹੀ ਨਹੀਂ ਉਹਨੂੰ ਇੱਕ
अच्छा उन्हें फिर वो हम जवाब नेचुरली उन्हें लिखा कि मेरा जो तौहीन की है थोड़े ट्वीट भी तो थोड़ा लैटर भी डेरोगेटरी से बदतमीजी वाला से जिदा मतलब है पंजाबी अनकॉन्सटीट्यूशनल से गैर विधानक से सो मैं हूँ लीगल ओपीनियन ले तो बिना थोड़ा जो लैटर है ये विधान सैशन विधान पालक का सदन वाला मैं वो उपर कार्रवाई लीगल ओपीनियन लैन तो बाद ही कार्रवाई करूँगा पर दो मतलब निकलते हैं कि वह विधान जो मतलब विधान सभा का सैशन सदन लिए ओपीनियन लैनी है जां ट्वीट ते लैटर जिहड़े अनकंस्टीट्यूशनल ते डेरोगेटरी ने उन्हां दे ओपीनियन लैके एक्शन करना ये दोनों मतलब निकल रहे ने इहदे सो ये पंजाब दे लई मैं समझदा बहुत ही ज़्यादा बदकिस्मती वाली गल है मतलब दुखदाई गल है कि लोगों के संकट बढ़ते जा रहे हैं दिनों दिन बेरोजगारों ते लाठीचार्ज हो रहे हैं चार पंज मोर्चे लगे हुए हैं किन्ना ही साढ़े कट्टरवाद होर किन्ना कुछ फैल रहा है अज अजनाले दे विच मतलब टेंशन हो गई है बहवल कलां दा अलहदा लग्या होया इन्हां दे अपने एम एल ए उहदे बारे डिफरेंट ओपीनियनस एक्सप्रैस कर रहे ने मोहाली लग्या होया एक मोर्चा अच्छा कल जे लाठीचार्ज टीचरां ते होया है भगवंत मान की कोठी दे के मतलब हालात टॉप लेवल ते है एक गल होर दस्सी जदों आपां राजनीति दा अध्ययन करदे आ जदां पिछे नहीं जांदे हैगे जो अपना 30-40 साल का समा रहा पंजाब पॉलिटिक्स का उहदे च आपां एमरजेंसी का भी दौर पढ़ते हाँ पंजाब दे विच बिगड़े हालातों का भी आपां दौर पढ़ते हाँ केंद्र सरकार ने लगातार पंजाब दे विच सरकारां तोड़ दियां वह समा भी आपां देखते हाँ पंजाब दे विच इलैक्शन दे बाइकआउट हुए फिर सरकारां बणियां वह समा भी देखते जदों आपां वह इतिहास पढ़ते हुए छोटी छोटी घटनावां देखते हाँ इहोजियां जिवें हुण पंजाब दी सरकार का गवर्नर दे नाल टकरा है ਤਾਂ ਜਦੋਂ ਅਸੀਂ ਇਤਿਹਾਸ ਪੜ੍ਹਦੇ ਹੋਏ ਉਹ ਗੱਲਾਂ ਦੇਖਦੇ ਹਾਂ ਤਾਂ ਸਾਨੂੰ ਉੱਥੇ ਛੋਟੀਆਂ ਛੋਟੀਆਂ ਗੱਲਾਂ ਵੀ ਜੋ ਵਾਪਰੀਆਂ ਉਹ ਬਹੁਤ ਵੱਡੀਆਂ ਲੱਗਦੀਆਂ ਨੇ ਇਤਿਹਾਸ ਦੇ ਵਿੱਚ ਜੀ ਇਦਾਂ ਹੀ ਜੋ ਅੱਜ ਦੀ ਇਹ ਘਟਨਾ ਕਿ ਬਜਟ ਸੈਸ਼ਨ ਦੇ ਉੱਤੇ ਸਵਾਲ ਹੋ ਗਿਆ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਸੀ ਇੱਕ ਮੈਜੋਰਟੀ ਵਾਲੀ ਸਰਕਾਰ ਨੇ ਤੇ ਗਵਰਨਰ ਨੇ ਉਹਦੇ ਤੇ ਸਵਾਲੀਆ ਚਿੰਨ੍ਹ ਖੜਾ ਕਰਤਾ ਅੱਜ ਆਪਾਂ ਨੋਰਮਲ ਤਰੀਕੇ ਨਾਲ ਇਸ ਗੱਲ ਨੂੰ ਲੈ ਸਕਦੇ ਜਦੋਂ ਆਪਾਂ ਇਤਿਹਾਸ ਦੇ ਸੰਦਰਭ ਤੋਂ ਦੇਖਾਂਗੇ ਤੇ ਇਹ ਤਾਂ ਫਿਰ ਗੱਲ ਬਹੁਤ ਵੱਡੀ ਹੈ ਨਾ ਕਿ ਪੰਜਾਬ ਦੀ ਸਰਕਾਰ ਹੋਵੇ ਕਿਉਂਕਿ ਆਪਾਂ ਇਹ ਗੱਲ ਵੀ ਛੱਡ ਦਈਏ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕੱਲ੍ਹ ਨੂੰ ਕੋਈ ਹੋਰ ਸਰਕਾਰ ਬਣ ਜਾਂਦੀ ਹੈ ਸੈਂਟਰ ਦੇ ਵਿੱਚ ਕੋਈ ਹੋਰ ਧਿਰ ਹੁੰਦੀ ਹੈ ਗਵਰਨਰ ਉਸ ਧਿਰ ਦਾ ਹੁੰਦਾ ਤੇ ਫਿਰ ਤਾਂ ਸੂਬੇ ਦੇ ਵੱਧ ਅਧਿਕਾਰ ਆਪਾਂ ਕਹਿੰਦੇ ਹਾਂ ਫੈਡਰਲਿਜ਼ਮ ਦੀ ਗੱਲ ਕਰਦੇ ਹਾਂ ਯਾਨੀ ਕਿ ਵੱਡਾ ਇਸ਼ੂ ਨਹੀਂ ਫਿਰ ਖੜਾ ਹੋਊਗਾ ਆਹ ਇੱਕ ਬਹੁਤ ਵੱਡਾ ਇਸ਼ੂ ਪੰਗੂ ਸਾਹਿਬ ਬਹੁਤ ਦੁਖਦਾਈ ਵੀ ਹੈ ਬਹੁਤ ਵੱਡਾ ਇਸ਼ੂ ਹੈ ਇਤਿਹਾਸ ਦੇ ਪ੍ਰਸੰਗ ਤੋਂ ਵੀ ਇਹ ਅਸਲ ਦੇ ਵਿੱਚ ਇੰਸਟੀਟਿਊਸ਼ਨਸ ਨੂੰ ਢਾ ਰਹੇ ਨੇ ਲੋਕ ਜਿਨ੍ਹਾਂ ਦੇ ਆਪਣੇ ਟੈਂਪਰਾਮੈਂਟ ਖੁਦ ਕੰਟਰੋਲ 'ਚ ਨਹੀਂ ਹਨ ਇਹਨਾਂ ਦੀ ਇਹ ਡਿਸਿਪਲਿਨਡ ਬੰਦੇ ਨਹੀਂ ਹਨ ਬਦਕਿਸਮਤੀ ਨਾਲ ਇਹ ਉੱਚੀਆਂ ਪੋਸਟਾਂ 'ਤੇ ਪਹੁੰਚ ਗਏ ਨੇ ਕੁਰਸੀ 'ਤੇ ਪਹੁੰਚ ਕੇ ਜਾਂ ਤਾਂ ਬੰਦਾ ਕੁਰਸੀ ਜਿੱਡਾ ਹੋ ਜਾਂਦਾ ਜਾਂ ਫਿਰ ਉਹ ਕੁਰਸੀ ਨੂੰ ਆਪਣੇ ਮੇਜ ਦੀ ਕਰ ਲੈਂਦਾ ਹੈ ਇਹ ਅਸਲ 'ਚ ਦੂਜਾ ਕੰਮ ਹੋ ਰਿਹਾ ਹੈ ਕਿ ਕੁਰਸੀਆਂ ਨੂੰ ਆਪਣੇ ਮੇਜ ਦੀਆਂ ਕਰ ਰਹੇ ਨੇ ਦੇਖੋ ਇੱਕ ਇੰਸਟੀਟਿਊਸ਼ਨਲ ਕੰਟੀਨਿਊਟੀ ਹੁੰਦੀ ਹੈ ਤੁਸੀਂ ਕਿਸੇ ਇੰਚਾਰਜ ਹੋ ਕਿਸੇ ਦਫ਼ਤਰ ਦੇ ਉਹ ਪਰਸਨਲ ਗੱਲ ਨਹੀਂ ਹੁੰਦੀ ਤੁਸੀਂ ਉਹ ਕੰਟੀਨਿਊਟੀ ਪਹਿਲੇ ਇੰਚਾਰਜਾਂ ਨੇ ਜੋ ਕਰਿਆ ਉਹਦੇ ਹਿਸਾਬ ਨਾਲ ਚੱਲਣਾ ਹੁੰਦਾ ਨਿਯਮਾਂ ਦੇ ਨਾਲ ਇਹ ਚੀਜ਼ਾਂ ਚੱਲਦੀਆਂ ਨੇ ਤੁਹਾਡੀ ਪਸੰਦ ਨਾ ਪਸੰਦ ਦਾ ਮਸਲਾ ਨਹੀਂ ਹੁੰਦਾ ਉਹਦੇ ਵਿੱਚ ਪਰ ਇਹ ਹੈ ਕਿ ਸਾਡੇ ਦੁਰਭਾਗ ਹੈ ਸਾਡਾ ਇਹ ਕਿ ਇਹਨਾਂ ਲੋਕਾਂ ਨੂੰ ਜਿਹੜਾ ਡੈਕੋਰਮ ਜਿਹੜਾ ਸਲੀਕਾ ਜਿਹੜਾ ਐਟੀਕੇਟ ਜਿਹੜਾ ਤਰੀਕਾ ਹੈ ਉਹਦੀ ਸਮਝ ਨਹੀਂ ਹੈ ਔਰ ਉਹਦੀ ਇੱਜ਼ਤ ਵੀ ਨਹੀਂ ਹੈ ਕਿ ਜੇ ਤੁਹਾਨੂੰ ਪਰਮਾਤਮਾ ਨੇ ਇੰਨੇ ਉੱਚੇ ਚੱਕਤਾ ਉੱਥੇ ਬੈਠਾ ਤਾਂ ਤੁਸੀਂ ਸ਼ਰਮੋ ਸ਼ਰਮੀ ਹੋ ਇੰਨੇ ਕੁ ਵੱਡੇ ਹੋ ਜਾਓ ਇਹ ਕੋਈ ਨਿੱਜੀ ਲੜਾਈ ਥੋੜ੍ਹੀ ਹੈ ਇਹਦਾ ਅਗਲਾ ਸਟੈਪ ਮੈਂ ਤੁਹਾਨੂੰ ਦੱਸ ਦੇਣਾ ਕੀ ਹੋਊਗਾ ਅਗਲਾ ਸਟੈਪ ਇਹ ਹੋਊਗਾ ਕਿ ਉਹ ਨਹੀਂ ਅਲਾਓ ਕਰਦੇ ਮੰਨ ਲਓ ਉਹ ਆਪਣੇ ਬੀਜੇਪੀ ਦੇ ਜਿਹੜੇ ਵਕੀਲ ਨੇ ਉਹਨਾਂ ਤੋਂ ਰਾਏ ਲੈ ਲੈਣਗੇ ਉਹ ਕਹਿਣਗੇ ਵੀ ਤੇਰਾ ਹੱਕ ਹੈ ਤੂੰ ਡਿਸਅਲਾਓ ਕਰਦੇ ਇਹ ਕਹਿਣਗੇ ਜੀ ਸਾਨੂੰ ਸੈਸ਼ਨ ਨਹੀਂ ਸੱਦਣ ਦਿੱਤਾ ਜਾ ਰਿਹਾ ਕਰਜ਼ਾ ਪਹਿਲਾਂ ਹੀ ਦਿਨਾਂ ਦੇ ਹਿਸਾਬ ਨਾਲ ਕਰੋੜਾਂ ਦਾ ਚੜ੍ਹ ਰਿਹਾ 31 ਮਾਰਚ ਆ ਜਾਊਗੀ ਬਿੱਲ ਪਾਸ ਨਹੀਂ ਹੋਣਗੇ ਕੰਸਟੀਟਿਊਸ਼ਨਲ ਕ੍ਰਾਈਸਿਸ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚ ਕਨਵਰਟ ਹੋ ਜਾਊਗਾ ਉਹ ਕਹਿਣਗੇ ਜੀ ਗੌਰਮੈਂਟ ਨੂੰ ਭੰਗ ਕਰੋ ਸਮਝੋ ਨਾ ਗੱਲ ਨੂੰ ਮਤਲਬ ਤੁਹਾਨੂੰ ਜਿਹੜਾ ਲੋਕਾਂ ਨੇ ਭਾਈ ਚੰਡੀਗੜ੍ਹ ਚੁਣ ਕੇ ਇਸ ਗੱਲ ਲਈ ਭੇਜਿਆ ਤੁਸੀਂ ਉਹਨਾਂ ਦੇ ਹੱਕਾਂ ਦੀ ਰਾਖੀ ਕਰੋ ਨਾ ਕਿ ਆਪਣੀਆਂ ਕਿੜਾਂ ਕੱਢੋ ਇੱਕ ਦੂਜੇ ਨਾਲ ਅਰੇ ਤਾਂ 2 ਮਿੰਟ 'ਚ ਇੱਕ ਹੋ ਜਾਣਗੇ ਫਿਰ ਮਤਲਬ ਦੋਨਾਂ ਨੂੰ ਹੀ ਦੋਨੇ ਲੈਵਲ 'ਤੇ ਪੰਜਾਬ ਦੀ ਜਿਹੜੀ ਹੋਣੀ ਹੈ ਉਹਦਾ ਕੋਈ ਫਿਕਰ ਨਹੀਂ ਜਿਹੜੀ ਮੈਂ ਗੱਲ ਕਰ ਰਿਹਾ ਸੀ ਕਿ ਥਾਂ ਥਾਂ 'ਤੇ ਸਾਨੂੰ ਦਿਖ ਰਿਹਾ ਕਿ ਲੋਕ ਕਿਸ ਤਰ੍ਹਾਂ ਤੜਫ ਰਹੇ ਨੇ ਥਾਂ ਥਾਂ 'ਤੇ ਸਾਡੀ ਕਿਸ ਤਰ੍ਹਾਂ ਫੇਲਿਓਰ ਹੋ ਰਹੀ ਹੈ ਕਰਜ਼ਾ ਹਰ ਰੋਜ਼ ਚੜ੍ਹ ਰਿਹਾ ਕੁਸ਼ਚਨ ਹਰ ਰੋਜ਼ ਉੱਠ ਰਹੇ ਨੇ ਉਹਦੀ ਕਿਸੇ ਨੂੰ ਕੋਈ ਚਿੰਤਾ ਨਹੀਂ ਆਪਣੀ ਈਗੋ ਦੇ ਲਈ ਪਰ ਈਗੋ ਨੂੰ ਫਿਰ ਅੱਗੇ ਪੋਲੀਟੀਕਲ ਪਰਦਾ ਉਹਦੇ 'ਤੇ ਪਾਉਣ ਲਈ ਕਿ ਦੇਖੋ ਜੀ ਬੀਜੇਪੀ ਦਾ ਗਵਰਨਰ ਹੈ
ਇਹ ਸਾਨੂੰ ਨਹੀਂ ਚੱਲਣ ਦੇ ਰਿਹਾ। ਉਹ ਕਹੂਗਾ ਕਿ ਦੇਖੋ ਜੀ ਇਹ ਮਤਲਬ ਆਮ ਆਦਮੀ ਪਾਰਟੀ, ਉਹਨੇ ਤਾਂ ਫਿਰ ਕਹਿਣਾ ਨਹੀਂ ਸਿਆਸੀ ਤੌਰ 'ਤੇ, ਉਹ ਕਹੂਗਾ ਕਿ ਮੈਂ ਤਾਂ ਕੰਸਟੀਟਿਊਸ਼ਨ ਨੂੰ ਰਾਖੀ ਕਰਨ ਲਈ ਬੈਠਾ, ਮੇਰੀ ਡਿਊਟੀ ਹੈ, ਵਕੀਲਾਂ ਨੇ ਮੈਨੂੰ ਇਹ ਰਾਏ ਦਿੱਤੀ ਹੈ, ਇਸ ਕਰਕੇ ਮੈਂ ਕਾਨੂੰਨ ਨੂੰ ਲਾਗੂ ਕਰਨਾ ਮੇਰੀ ਡਿਊਟੀ ਹੈ, ਮੈਂ ਕਰ ਰਿਹਾ ਹੈ। ਪਰ ਪਿੱਛੇ ਜਿਹੜੀ ਭਾਵਨਾ ਹੈ ਉਹ ਲੋਕ ਸੇਵਾ ਦੀ ਭਾਵਨਾ ਨਹੀਂ ਨਜ਼ਰ ਆ ਰਹੀ, ਉਹ ਹਉਮੈ ਸੇਵਾ ਦੀ, ਆਪਣੀ ਪਾਰਟੀ ਸੇਵਾ ਦੀ, ਏਜੰਡੇ ਦੀ ਸੇਵਾ ਦੀ ਮਤਲਬ ਭਾਵਨਾ ਨਜ਼ਰ ਆ ਰਹੀ ਹੈ। ਮਤਲਬ ਇਹਦੇ ਤੋਂ ਉੱਪਰ ਉੱਠਣਾ ਚਾਹੀਦਾ ਹੁੰਦਾ ਬੰਦਿਆਂ ਨੂੰ। ਪਰ ਇਹ ਹੈ ਕਿ ਇਹ ਤਾਂ ਹੁਣ ਪਰਮਾਤਮਾ ਨੂੰ ਆਪਾਂ ਅਰਦਾਸ ਹੀ ਕਰ ਸਕਦੇ ਹਾਂ, ਕਿਉਂਕਿ ਜੇ ਹੁਣ ਮਤ ਕੋਈ ਕਿਸੇ ਨੂੰ ਦੇ ਥੋੜ੍ਹੀ ਸਕਦਾ ਕਿਤੇ, ਹਰ ਇੱਕ ਨੂੰ ਆਪਣੀ ਮਤ ਪਿਆਰੀ ਲੱਗਦੀ ਹੈ ਇਸ ਦੇ ਵਿੱਚ। ਪਰ ਇਹ ਬੜੀ ਦੁਖਦਾਈ ਗੱਲ ਹੈ। ਅਰੇ ਪੰਜਾਬ ਦੇ ਵਿੱਚ ਮੈਂ ਵਾਰ ਵਾਰ ਇਹ ਕਹਿੰਦਾ ਹੁੰਦਾ ਕਿ ਅਫਗਾਨਿਸਤਾਨ ਅਤੇ ਪਾਕਿਸਤਾਨ 'ਚ ਜੋ ਹੋ ਰਿਹਾ ਸਾਨੂੰ ਭੁੱਲਣਾ ਨਹੀਂ ਚਾਹੀਦਾ। ਇਹ ਖਿੱਤੇ ਦਾ ਸੰਕਟ ਹੈ ਸਾਰੇ ਦਾ, ਹਿੱਲ ਜੁੱਲ ਸਾਰੇ ਹੈ ਇੱਥੇ, ਡਰੋਨ ਰੋਜ਼ ਗਿਰ ਰਹੇ ਨੇ ਸਾਡੇ, ਰੋਜ਼ ਮਤਲਬ ਹੀਰੋਇਨ ਗਿਰ ਰਹੀ ਹੈ, ਰੋਜ਼ ਸਾਡੇ ਪੁਲਿਸ ਵਾਲੇ ਫੜੇ ਜਾ ਰਹੇ ਨੇ, ਮਤਲਬ ਡਰੱਗਸ ਸਪਲਾਈ ਕਰਦੇ, ਪੁਲਿਸ ਵਾਲੇ ਹੀ ਉਹਨਾਂ ਨੂੰ ਫੜ ਵੀ ਰਹੇ ਨੇ, ਆਪਸ ਵਿੱਚ ਲੜ ਰਹੇ ਨੇ, ਮਤਲਬ ਗੈਂਗਸਟਰਾਂ ਨਾਲ ਰੋਜ਼ ਮੁਕਾਬਲੇ ਹੋ ਰਹੇ ਨੇ, ਮਤਲਬ ਇਹ ਨੋਰਮਲ ਸਿਚੁਏਸ਼ਨ ਨਹੀਂ ਹੈ। ਪਰ ਹੁਣ ਕੌਣ ਸਮਝਾਵੇ, ਕੌਣ ਕਹੇ ਰਾਣੀ ਅੱਗਾ ਢੱਕ। ਬਿਲਕੁਲ ਜੀ, ਡਾਕਟਰ ਸਾਹਿਬ ਭ੍ਰਿਸ਼ਟਾਚਾਰ ਦਾ ਮਾਮਲਾ, ਇੱਕ ਜਿਹੜੇ MLA ਸਾਹਿਬ ਨੇ ਆਪਣੇ ਅਮਿਤ ਰਤਨ ਜੀ, ਕਈ ਦਿਨਾਂ ਤੋਂ ਇਹ ਮਾਮਲਾ ਚੱਲ, ਦੇਖੋ ਸਭ ਕੁਛ ਹੋ ਗਈਆਂ, ਸਾਰੀਆਂ ਘਟਨਾਵਾਂ ਸਾਹਮਣੇ ਆ ਗਈਆਂ ਤੇ ਵਿਜੀਲੈਂਸ ਵੱਲੋਂ ਗ੍ਰਿਫਤਾਰ ਕਰ, ਠੀਕ ਹੈ, ਅਕਾਲੀ ਦਲ ਦੇ ਵਿੱਚ ਵੀ ਕਰਪਸ਼ਨ ਸੀ, ਕਾਂਗਰਸ ਦੇ ਵੇਲੇ ਵੀ ਕਰਪਸ਼ਨ ਸੀ, ਪਰ ਆਮ ਆਦਮੀ ਪਾਰਟੀ ਦੀ ਜਿਹੜੀ ਮੇਨ ਆਈਡੀਓਲੋਜੀ ਹੈ, ਵਿਚਾਰਧਾਰਾ, ਉਹ ਹੈਗੀ ਹੈ ਕਿ ਅਸੀਂ ਭ੍ਰਿਸ਼ਟਾਚਾਰ ਦੇ ਖਿਲਾਫ਼ ਹਾਂ। ਹੋਰ ਤਾਂ ਪਾਰਟੀ ਦਾ ਸੰਵਿਧਾਨ ਨਹੀਂ ਕੋਈ ਹੈਗਾ ਵੀ ਪੰਥ ਤੇ ਸਿਆਸਤ ਕਰਾਂਗੇ ਅਸੀਂ, ਕਮਿਊਨਿਜ਼ਮ ਲਾਂ ਅਸੀਂ, ਜਾਤਾਂ ਪਾਤਾਂ ਦੀ ਰਾਜਨੀਤੀ ਨਹੀਂ ਕਰਾਂਗੇ। ਪਾਰਟੀ ਦਾ ਮੁੱਖ ਤੇ ਮੇਨ ਏਜੰਡਾ ਦਿੱਲੀ ਅੰਦੋਲਨ ਚੋਂ ਨਿਕਲੀ ਪਾਰਟੀ ਕੇ ਭ੍ਰਿਸ਼ਟਾਚਾਰ ਦੇ ਖਿਲਾਫ਼ ਲੜਾਂਗੇ, ਸਾਨੂੰ ਤਾਂ ਹੋਰ ਕੁਛ ਦਿਖਦਾ ਨਹੀਂ, ਸਿਹਤ ਤੇ ਸਿੱਖਿਆ, ਇੱਕ ਭ੍ਰਿਸ਼ਟਾਚਾਰ ਤੇ ਆਪਾਂ ਕੰਮ ਕਰਾਂਗੇ। ਹੁਣ ਠੀਕ ਹੈ, ਦਿੱਲੀ ਦੇ ਵਿੱਚ ਸਤਿੰਦਰ ਜੈਨ ਸਾਹਿਬ ਉੱਥੇ ਬੈਠੇ ਨੇ, ਮਨੀਸ਼ ਸਿਸੋਦੀਆ ਸਾਹਿਬ ਦੇ ਉਹ ਉੱਤੇ ਆਪਣਾ ਐਕਸਾਈਜ਼ ਪਾਲਿਸੀ ਨੂੰ ਲੈ ਕੇ, ਅੱਗੇ ਫਿਰ ਜਸੂਸੀ ਕਾਂਡ ਦੀ ਗੱਲ ਆ ਗਈ ਕਿ ਜਸੂਸੀ ਕਾਂਡ ਜਸੂਸੀ ਕਰਦੇ ਰਹੇ ਨੇ, ਜਸੂਸੀ ਕਾਂਡ ਜੋੜਦਾ ਸਿਸੋਦੀਆ ਸਾਹਿਬ ਨਾਲ। ਹੁਣ ਪੰਜਾਬ ਦੇ ਵਿੱਚ 2 MLA ਤੇ ਤੀਜੇ ਆਪਣੇ ਆਹ ਕੋਟ ਫੱਤਾ ਸਾਹਿਬ, ਇਹ ਵੀ ਫੜ ਲਏ। ਹੁਣ ਜਿਹੜੀ ਜੜ ਹੈ, ਅਸੀਂ ਭ੍ਰਿਸ਼ਟਾਚਾਰ ਦੇ ਖਿਲਾਫ਼ ਲੜਾਂਗੇ, ਪਰ ਪਾਰਟੀ ਨੇ ਇਹ ਤਾਂ ਦੱਸਿਆ ਹੀ ਨਹੀਂ ਕਿ ਅਸੀਂ ਆਪਣੀ ਸਰਕਾਰ ਬਣਾਵਾਂਗੇ, ਸਾਡੇ MLA ਹੋਣਗੇ, ਉਹ ਭ੍ਰਿਸ਼ਟਾਚਾਰ ਕਰਨਗੇ, ਅਸੀਂ ਉਹਨਾਂ ਨੂੰ ਫੜਾਂਗੇ, ਅਸੀਂ ਥੋੜ੍ਹੀ ਕਿ ਅਸੀਂ ਉੱਦਾਂ ਕਰਾਂਗੇ ਜੀ। ਪੰਗੂ ਸਾਹਿਬ, ਬਹੁਤ ਹੀ ਦਿਲਚਸਪ ਕਿੱਸਾ ਹੈ ਆਪਣੇ ਆਪ ਦੇ ਵਿੱਚ, ਇਹ ਵੀ ਹਿਸਟਰੀ ਹੈ ਜਿਵੇਂ ਤੁਸੀਂ ਪਹਿਲੇ ਕੇਸ ਬਾਰੇ ਕਹਿ ਰਹੇ ਸੀ। ਮੈਂ ਹਮੀਰ ਸਿੰਘ ਨੇ ਆਪਣੇ ਸੀਨੀਅਰ ਪੱਤਰਕਾਰ, ਮੈਂ ਉਹਨਾਂ ਦੀ ਸੁਣ ਰਿਹਾ ਸੀ ਇਹਦੇ ਬਾਰੇ ਰਿਪੋਰਟ, ਬੜਾ ਉਹਨਾਂ ਨੇ ਤੱਥ ਕੱਢ ਕੇ ਲਿਆਂਦੇ। ਤੱਥ ਇਹ ਸੀਗੇ ਉਹਨਾਂ ਨੇ ਜਿਹੜੇ ਦੱਸੇ ਕਿ ਇਹ ਜਿਹੜਾ ਬੰਦਾ ਅਮਿਤ ਰਤਨ ਹੈ, ਇਹਦੇ ਫਾਦਰ ਇਨਕਮ ਟੈਕਸ ਦੇ ਵਿੱਚ ਸੀਗੇ, ਇਹਦੇ ਘਰੋਂ ਮਿਸਿਸ ਨੇ ਜਿਹੜੇ ਉਹਦੇ ਉਹ IPS ਨੇ, ਇਹਦਾ ਸਿਆਸੀ ਐਂਬੀਸ਼ਨ ਸੀ, ਇਹਨੇ ਪਹਿਲਾਂ ਕਾਂਗਰਸ ਜੁਆਇਨ ਕਰੀ ਸੀਗੀ, ਬਠਿੰਡਾ ਦਿਹਾਤੀ ਦੇ ਵਿੱਚੋਂ ਟਿਕਟ ਮੰਗੀ ਸੀ ਉਹਨਾਂ ਤੋਂ, ਉਹ ਟਿਕਟ ਨਾ ਮਿਲਣ ਕਰਕੇ ਇਹ ਅਕਾਲੀਆਂ 'ਚ ਚਲੇ ਗਏ ਸੀ। ਅਕਾਲੀਆਂ ਨੇ, ਮੇਰਾ ਖਿਆਲ ਹੈ ਅਕਾਲੀ ਦਲ ਦੀ ਜਿਹੜੀ ਆ ਪਿਛਲੇ ਸਮੇਂ ਦੀ ਸਰਕਾਰ ਹੈ, ਉਹਦੇ 'ਚ ਇਹ ਪਹਿਲਾ ਕੇਸ ਹੀ ਸੀਗਾ ਕਿ ਅਕਾਲੀ ਦਲ ਨੇ ਕਿਸੇ ਬੰਦੇ ਦੇ ਉੱਪਰ ਭ੍ਰਿਸ਼ਟਾਚਾਰ ਕਰਨ ਕਰਕੇ ਐਕਸ਼ਨ ਲੈ ਕੇ ਉਹਨੂੰ ਬਾਹਰ ਕੱਢਿਆ ਸੀ, ਜਿਹੜਾ ਕਿ ਸਾਡੀ ਆਮ ਆਦਮੀ ਪਾਰਟੀ ਦੇ ਸਾਰੇ ਗੱਜ ਵੱਜ ਕੇ ਕਹਿੰਦੇ ਨੇ ਵੀ ਕਾਂਗਰਸੀਆਂ ਨੇ ਅਕਾਲੀਆਂ ਨੇ ਦੱਸੋ ਕਦੇ ਕਿਸੇ ਭ੍ਰਿਸ਼ਟਾਚਾਰੀ 'ਤੇ ਐਕਸ਼ਨ ਲਿਆ, ਉਹਨਾਂ ਨੇ ਇਸ ਨੂੰ ਭ੍ਰਿਸ਼ਟਾਚਾਰੀ ਕਹਿ ਕੇ ਕੱਢਤਾ ਸੀ। ਇਹਨਾਂ ਨੇ ਗੱਲ ਲਾ ਲਿਆ, ਗੱਲ ਵੀ ਲਾ ਲਿਆ, ਟਿਕਟ ਵੀ ਦੇ ਦਿੱਤੀ, ਜਿੱਤ ਵੀ ਗਿਆ, ਹਨੇਰੀ ਸੀਗੀ ਝਾੜੂ ਦੀ ਆਪ ਦੀ, ਅਤੇ ਇਹਨੇ ਆਪਣੀਆਂ ਕਾਰਵਾਈਆਂ ਸ਼ੁਰੂ ਕਰ ਲਈਆਂ। ਉਹਦੇ ਵਿੱਚ ਇਹ ਫੜਿਆ ਗਿਆ, ਜਦੋਂ ਫੜਿਆ ਗਿਆ ਤਾਂ ਪਹਿਲਾ ਟਵੀਟ ਜਿਹੜਾ ਆਉਂਦਾ ਆਮ ਆਦਮੀ ਪਾਰਟੀ ਦਾ, ਉਹ ਇਹ ਸੀ ਵੀ ਉਹਦਾ PA ਹੈ ਜਿਹੜਾ, ਕੋਈ ਪ੍ਰਾਈਵੇਟ PA, ਨੋਟ ਅਫੀਸ਼ੀਅਲ PA, ਉਹਨੇ ਕੋਈ ਭ੍ਰਿਸ਼ਟਾਚਾਰ ਕੀਤਾ, ਜਿਹਦਾ ਮਤਲਬ ਸੀ MLA ਦਾ ਕੋਈ ਕਸੂਰ ਨਹੀਂ ਹੈ, ਨਾ ਉਹਦੀ ਕੋਈ ਗੱਲ ਹੈ ਉਹਦੇ 'ਚ। ਉਹ ਤੋਂ ਬਾਅਦ ਦੇ ਵਿੱਚ ਜਿਹੜਾ ਉਹ ਸਰਪੰਚ ਸੀ, ਜਿਹਨੇ ਸ਼ਿਕਾਇਤ ਕਰੀ ਸੀ ਸਰਪੰਚ ਦੇ ਹਸਬੈਂਡ ਨੇ, ਉਹਨੇ ਫਿਰ ਇਹਦੇ ਨਾਲ ਜਿਹੜੀ ਸੌਦੇਬਾਜ਼ੀ ਹੋਈ 5 ਲੱਖ ਦੀ, ਉਹਦੀ ਆਡੀਓ ਜਾਰੀ ਕਰਤੀ। ਪਹਿਲੀ ਦੀ ਤਾਂ ਵੀਡੀਓ ਹੈ ਨਾ, ਸਾਹਮਣੇ ਬੈਠੇ ਨੇ, PA ਵੀ ਬੈਠਾ ਅਤੇ ਉਹ ਵੀ ਬੈਠਾ, ਉਹਦੇ ਹੱਥ ਤੋਂ ਆਏ ਜਾ ਰਹੇ ਨੇ, ਰੰਗੇ ਹੱਥੀਂ ਫੜਨ ਦਾ ਦਿਖ ਰਿਹਾ ਰੰਗ ਢੰਗ ਸਾਰਾ। ਬਾਅਦ ਦੇ ਵਿੱਚ ਇਹ ਉਹਨੂੰ ਸੈਪਰੇਟ ਕਰ ਰਹੇ ਸੀਗੇ ਕਿ ਨਹੀਂ ਉਹਦਾ ਨਹੀਂ ਕਸੂਰ, ਵੀ ਉਹ ਤਾਂ ਐਵੇਂ ਹੀ ਉਹਦਾ ਮਤਲਬ ਕਿਸੇ ਹੋਰ ਨੇ ਉਹਦੇ ਨਾਂ ਹੇਠ ਕਰ ਲਿਆ। ਅਸੀਂ ਤਾਂ ਪਹਿਲਾਂ ਹੀ ਕਿਹਾ ਸੀ ਵੀ ਜਿਹੜੇ PA ਨੇ ਉਹ ਤੁਸੀਂ ਆਪਣੇ ਨੇੜੇ ਵਾਲਿਆਂ ਨੂੰ ਨਾ ਰੱਖੋ, ਦੂਰ ਵਾਲਿਆਂ ਨੂੰ ਰੱਖੋ, ਜਾਂ ਦਿੱਲੀ ਵਾਲਿਆਂ ਨੂੰ PA ਬਣਾਓ, ਕੁਛ ਸਮਥਿੰਗ ਲਾਈਕ ਦੈਟ। ਹੋਇਆ ਇਹ ਕਿ ਹਫ਼ਤਾ ਕੈਂਸ ਕੈਂਸ ਚੱਲਦੀ ਰਹੀ, ਹੁਣ ਉਹ ਇੰਨਾ ਨੰਗਾ ਹੋ ਗਿਆ, ਉਹ ਸਰਪੰਚ ਦੇ ਹਸਬੈਂਡ ਨੇ ਬਿਲਕੁਲ ਹੀ ਨੰਗਾ ਕਰਤਾ, ਉਹ ਤੇ ਖਹਿਰਾ ਸਾਹਿਬ ਦਾ, ਅਪੋਜੀਸ਼ਨ ਦਾ, ਕਾਂਗਰਸ ਦਾ, ਅਕਾਲੀਆਂ ਦਾ, ਕਿੰਨਾ ਕੁਛ ਹੀ ਆ ਗਿਆ। ਹੁਣ ਉਹਨੂੰ ਬਚਾ ਸਕਣਾ ਸੰਭਵ ਨਹੀਂ ਸੀ, ਹੁਣ ਉਹਨੂੰ ਫੜ ਲਿਆ। ਫੜਨ ਤੋਂ ਬਾਅਦ ਜਿਹੜੀ ਕਮਾਲ ਇਹ ਹੈ
ਉਹ ਕਹਿੰਦੇ ਜੀ ਉਹ ਪਹਿਲਾਂ ਹੀ ਰਡਾਰ 'ਤੇ ਸੀਗਾ, ਉਹਦੀ ਜਿਹੜੀ ਮੂਵਮੈਂਟ ਹੈ ਉਹ ਸੀਐਮ ਸਾਹਿਬ ਮੋਨੀਟਰ ਕਰ ਰਹੇ ਸੀਗੇ। ਪਤਾ ਨਹੀਂ ਕਿੱਦਾਂ ਉਹ ਚੰਡੀਗੜ੍ਹ 'ਚੋਂ ਕੋਈ ਦੂਰਬੀਨ ਲੈ ਕੇ ਉਹਨੂੰ ਦੇਖ ਰਹੇ ਸੀ ਬੈਠੇ। ਮਤਲਬ 4 ਦਿਨ ਤੁਸੀਂ ਉਹਨੂੰ ਭਲੇ ਲੋਕੋ, ਉਹ ਉੱਥੇ ਹੀ ਫੜ ਲਿਆ ਜਾਣਾ ਚਾਹੀਦਾ ਸੀ, ਪੈਸੇ ਤਾਂ ਉਹਦੇ ਲਈ ਆਏ ਸੀ। ਜਿਹੜਾ ਐਵੀਡੈਂਸ ਅਵੇਲੇਬਲ ਐਵੀਡੈਂਸ ਹੈ, ਜਿਹੜਾ ਵੀਡੀਓ ਦਾ ਵੀ ਅਤੇ ਆਡੀਓ ਦਾ ਵੀ, ਉਹ ਕਲੀਅਰ ਹੈ ਕਿ ਉਹਨੇ ਗੱਡੀ 'ਚ ਪੈਸੇ ਮੰਗਾਏ। ਉਹਨੇ ਜਿਹੜਾ ਉਹ ਰਸ਼ਮ ਗਰਗ ਹੈ ਉਹਨੂੰ ਕਿਹਾ ਕਿ ਇਹਨੂੰ ਦੇ ਭਾਈ ਇਹ ਸਮਾਨ। ਉਹ ਲੈਂਦੇ ਹੋਏ ਸਮਾਨ ਉਹ ਬੰਦਾ ਫੜਿਆ ਗਿਆ, ਸਾਹਮਣੇ ਹੱਥ ਧੋਏ ਗਏ, ਸਾਹਮਣੇ MLA ਬੈਠੇ। ਮਤਲਬ ਵਿਜੀਲੈਂਸ ਨੂੰ ਹੀ ਚਾਹੀਦਾ ਸੀ, ਪਰ ਵਿਜੀਲੈਂਸ ਨੂੰ ਅਲਾਓ ਨਹੀਂ ਕੀਤਾ ਹੁਣ ਨਾ MLA ਨੂੰ ਫੜਨਾ। ਹੁਣ ਕੀ ਹੋ ਗਿਆ 4 ਦਿਨਾਂ ਬਾਅਦ, ਜਦੋਂ ਮੌਕੇ 'ਤੇ ਪੈਸੇ ਬਰਾਮਦ ਹੋ ਰਹੇ ਸੀ ਉੱਥੇ ਫੜਨ ਦੀ ਬਜਾਏ ਹੁਣ ਤੁਸੀਂ ਉਹਨੂੰ ਰਾਜਪੁਰੇ ਤੋਂ ਫੜ ਰਹੇ ਹੋ। ਹੋਣਾ ਕੀ ਹੈ ਮੈਂ ਤੁਹਾਨੂੰ ਦੱਸ ਦਿੰਦਾ, ਤੁਸੀਂ ਲਿਖ ਲਓ ਬੇਸ਼ੱਕ। ਇਹ ਬਿਲਕੁਲ ਸਿੰਗਲਾ ਸਾਹਿਬ ਵਾਲਾ ਕੇਸ ਹੋਣਾ ਕਿ ਕੋਰਟ ਦੇ ਵਿੱਚ ਜਿਹੜਾ ਐਵੀਡੈਂਸ ਹੈ ਉਹ ਇਹ ਬਣੂਗਾ ਕਿ ਜੀ ਉਹਨੂੰ ਤਾਂ ਰਾਜਪੁਰੇ ਤੋਂ ਫੜਿਆ, ਉੱਥੇ ਤਾਂ ਉਹ ਇੰਸੀਡੈਂਟਲ ਸੀ। ਉਹ ਜਿਹੜੀ ਜਿਹੜਾ ਜਿਹੜਾ ਕੇਸ ਬਣੂਗਾ, ਜੇ ਤੁਸੀਂ ਮੁਕੱਦਮੇਬਾਜ਼ੀ ਬਾਰੇ ਤੁਹਾਨੂੰ ਵਾਕਫੀਅਤ ਮੇਰੇ ਨਾਲੋਂ ਜ਼ਿਆਦਾ ਹੋਣੀ ਹੈ, ਕਿ ਉਹ ਪਹਿਲੀ ਪੇਸ਼ੀ ਦੇ ਉੱਪਰ ਹੀ ਉਹਦੀ ਜ਼ਮਾਨਤ ਹੋ ਜਾਊਗੀ, ਜਿਸ ਤਰ੍ਹਾਂ ਸਿੰਗਲਾ ਸਾਹਿਬ ਦੀ ਹੋਈ ਸੀ। ਕੋਈ ਪੇਸ਼ ਹੀ ਨਹੀਂ ਹੋਇਆ, ਉੱਥੇ ਵੀ ਕੇਸ ਦਰਜ ਹੈ ਜਿਹੜਾ ਫੜਿਆ ਚੰਡੀਗੜ੍ਹ 'ਚ ਗਿਆ ਸੀ ਬੰਦਾ, ਕੇਸ ਮੋਹਾਲੀ ਦਾ ਸੀ। ਇਹ ਹੁਣ ਟੈਕਨੀਕਲ ਗੱਲਾਂ ਨੇ ਜਿਹੜੀਆਂ ਕੋਰਟ ਦੇ ਵਿੱਚ ਨਹੀਂ ਸਟੈਂਡ ਕਰਨਗੀਆਂ। ਇਹ ਕੀ ਕਰ ਰਹੇ ਨੇ, ਮਤਲਬ ਇਹ ਪਹਿਲਾਂ ਵੀ ਆਪਾਂ ਦੇਖ ਰਹੇ ਹਾਂ ਰਕੇਸ਼ ਚੌਧਰੀ ਦਾ, ਮਾਈਨਿੰਗ ਦਾ, ਉਹ ਵੀ ਕੇਸ ਆਏ ਕਿ ਕੋਰਟਾਂ ਦੇ ਵਿੱਚ ਤੁਸੀਂ ਕੋਰਟ ਦੇ ਜਿਹੜੇ ਫੈਸਲੇ ਨੇ ਉਹ ਤਾਂ ਕੋਰਟ ਦੇ ਫੈਸਲੇ ਤਾਂ ਫਾਈਲਾਂ ਮੁਤਾਬਕ ਹੀ ਚੱਲਣਗੇ ਨਾ, ਤੁਸੀਂ ਉੱਥੇ ਕੋਈ ਜਾ ਕੇ ਡਿਫੈਂਸ ਦਿਓ ਹੀ ਨਾ, ਪਰ ਕੋਰਟ ਦੇ ਨਾਂ ਲਾ ਦਿਓ। ਕੋਰਟ ਦਾ ਫੈਸਲਾ ਜੋ ਐਵੀਡੈਂਸ ਉਹਦੇ ਸਾਹਮਣੇ ਆਉਣਾ ਉਹਨਾਂ ਉਹਦੇ ਬੇਇੱਜ਼ਤੀ ਕਰਨਾ। ਕੋਰਟਾਂ ਦੀ ਤੁਸੀਂ ਮਤਲਬ ਬਦਨਾਮੀ ਕਰੋ ਉਸ ਗੱਲ ਦੇ ਨਾਲ। ਉਹ 20 ਕਰੋੜ ਦਾ ਜਿਹੜਾ ਜੀਰਾ ਫੈਕਟਰੀ ਦਾ ਫਾਈਨ ਸੀ ਉਹ ਇੱਦਾਂ ਹੀ ਹੋਇਆ ਸੀ ਕਿ ਸਰਕਾਰ ਨੇ ਕੋਈ ਡਿਫੈਂਸ ਨਹੀਂ ਪੇਸ਼ ਕੀਤਾ, ਪਰ ਹੁਣ ਵੀ ਐਵੇਂ ਹੀ ਹੋਣਾ। ਤੁਸੀਂ ਦੇਖਿਓ ਕਿ ਫੜ ਲਿਆ ਉਹਦਾ 1-2 ਦਿਨ ਦਾ ਰਿਮਾਂਡ ਰਿਮੂੰਡ ਲੈ ਕੇ ਕਾਲਾ ਮਾਲਾ ਕਰਕੇ ਬਾਅਦ ਦੇ ਵਿੱਚ ਇਹ ਹੈ ਵੀ ਕੋਰਟ ਦੇ ਵਿੱਚ ਐਸਾ ਐਵੀਡੈਂਸ ਦਿੱਤਾ ਜਾਊਗਾ ਕਿ ਉਹਦੀ ਆਰਾਮ ਨਾਲ ਉਹਨੂੰ ਜ਼ਮਾਨਤ ਮਿਲ ਜਾਊਗੀ। ਫਿਰ ਉਹ ਪਾਰਟੀ ਦਾ ਝੰਡਾ ਲੈ ਕੇ ਨਾਅਰੇ ਲਾਉਂਦਾ ਫਿਰਿਆ ਕਰੂਗਾ ਅੱਗੇ, ਜਿਸ ਤਰ੍ਹਾਂ ਸਿੰਗਲਾ ਸਾਹਿਬ ਲਾਉਂਦੇ ਨੇ। ਡਾਕਟਰ ਸਾਹਿਬ, ਜਿਹੜੀ ਮੌਕੇ ਦੀ ਘਟਨਾ ਸੀ ਉਸ ਘਟਨਾ ਤੋਂ ਦੂਰ ਕਰਦੇ, ਗੱਲ ਤਾਂ ਬਿਲਕੁਲ ਇੱਦਾਂ ਹੀ। ਸਰਾਰੀ ਸਾਹਿਬ ਦਾ ਕੇਸ ਹੈ, ਮਤਲਬ ਉਹਨੂੰ ਕਿੰਨੇ ਦਿਨ ਲਟਕਾ ਕੇ ਉਹ ਆਡੀਓ ਚੱਲਦੀ ਰਹੀ, ਸਾਰਾ ਕੁਛ ਹੁੰਦਾ ਰਿਹਾ। ਅੱਛਾ ਹੁਣ ਇਹਦੇ ਨਾਲ ਇਹ ਖੁਦ ਨੂੰ ਤਾਂ ਧੋਖਾ ਦੇ ਸਕਦੇ ਨੇ, ਤੁਸੀਂ ਲੋਕਾਂ ਦੀ ਅੱਖਾਂ 'ਚ ਕਿੰਨਾ ਕੱਟਾ ਪਾ ਲਓਗੇ। ਉਹ ਕਹਿੰਦੇ ਸੀ ਚਾਹੇ ਕੋਈ ਹੋਵੇ, ਦੇਖੋ ਮਾਨ ਸਾਹਿਬ ਨੇ ਤਾਂ ਪਹਿਲਾਂ ਹੀ ਕਹਿਤਾ ਸੀ ਵੀ ਚਾਹੇ ਮੇਰਾ ਆਪਣਾ ਹੋਵੇ ਚਾਹੇ ਬੇਗਾਨਾ ਹੋਵੇ, ਤੁਸੀਂ ਚੰਨੀ ਦੇ ਤਾਂ ਸ਼ਿਕਾਇਤ ਵੇਰੀਫਾਈ ਵੀ ਨਹੀਂ ਸੀ ਕਰੀ ਕਿ ਉਹਨੇ ਕਿੰਨੇ ਪਰੌਠੇ ਖਾਧੇ, ਇੱਕ ਪਰੌਠੇ ਦਾ ਰੇਟ ਕੀ ਸੀ। ਮੁੜ ਕੇ ਉਹ ਬੰਦਾ ਹੀ ਮੁੱਕਰ ਗਿਆ ਸੀ ਸ਼ਿਕਾਇਤ ਕਰਨ ਵਾਲਾ, ਮਤਲਬ ਉਹਦਾ ਤਾਂ ਤੁਸੀਂ ਢੋਲ ਢਮੱਕਾ ਕਰਤਾ ਕਿ ਜੀ ਅਜੇ ਬਹੁਤ ਕੁਛ ਨਿਕਲੂਗਾ, ਅਜੇ ਤਾਂ ਰੋਟੀ ਪਾਣੀ ਅਸੀਂ ਚਾਹ ਪਾਣੀ ਦੇ ਬਿੱਲ ਕੱਢੇ ਨੇ, ਅਜੇ ਹੋਰ ਬੜਾ ਕੁਛ ਨਿਕਲਣਾ। ਇਹ ਮਾਨ ਸਾਹਿਬ ਦਾ ਬਿਆਨ ਸੀ, ਨਿਕਲਿਆ ਕੁਛ ਨਹੀਂ, ਬੰਦਾ ਮੁੱਕਰ ਗਿਆ, ਕੁਛ ਵੀ ਨਹੀਂ ਉਹਦੇ ਚੋਂ। ਅੱਛਾ ਇੱਥੇ ਤੁਸੀਂ ਮਤਲਬ 4 ਦਿਨਾਂ ਤੋਂ ਸਿਰਫ ਮੋਨੀਟਰ ਕਰ ਰਹੇ ਸੀ, ਮਤਲਬ ਦੂਰਬੀਨ ਲੈ ਕੇ ਦੇਖ ਰਹੇ ਸੀ ਵੀ ਉਹਨੇ ਹੁਣ ਨਹਾ ਲਿਆ, ਬ੍ਰੇਕਫਾਸਟ ਕਰ ਲਿਆ ਕਿ ਨਹੀਂ ਕਰ ਲਿਆ, ਮਤਲਬ ਕੀ ਮੋਨੀਟਰ ਕਰ ਰਹੇ ਸੀ ਜੀ? ਉੱਥੇ ਤਾਂ ਫੜਿਆ ਗਿਆ, ਵਿਜੀਲੈਂਸ ਤੁਹਾਡੀ ਹਾਜ਼ਰ ਸੀ ਉੱਥੇ ਮੌਕੇ ਤੇ। ਕਿੰਨ ਦੀ ਐਵਰੇਜ ਪਈ ਹੈ? ਉਹ ਮੈਨੂੰ ਪੁੱਛ ਰਿਹਾ ਸੀ ਕੋਈ, ਕਹਿੰਦਾ ਪਾਰਟੀ ਦਾ ਕੰਮ ਕਾਜ ਕਿਵੇਂ ਦੇਖਦੇ। ਮੈਂ ਕਿਹਾ 3 ਦੀ ਐਵਰੇਜ ਪਈ ਹੈ 1 ਸਾਲ 'ਚ, 1 ਸਾਲ 'ਚ 3 MLA ਫੜੇ ਗਏ, 5 'ਚ 15 ਹੋ ਜਾਣਗੇ। ਉਹ ਕਈ ਵਾਰ ਕਹਿੰਦੇ ਹੁੰਦੇ ਨੇ ਗੱਲ ਵੈਸੇ ਸੱਚ ਨਹੀਂ ਹੋਣੀ ਚਾਹੀਦੀ, ਉਹ ਕਹਿੰਦੇ ਉਹੀ ਇਮਾਨਦਾਰ ਹੈ ਜਿਹੜਾ ਫੜਿਆ ਨਹੀਂ ਗਿਆ। ਮਤਲਬ ਜਿੱਥੇ ਜਿਹੜਾ ਦਰਵਾਜ਼ਾ ਖੋਲੋਗੇ, ਜਿਹੜੀ ਅਲਮਾਰੀ ਖੋਲੋਗੇ, ਉਹ ਚੋਂ ਸਕੈਲਟਨ ਨਿਕਲਣਗੇ ਜਿਹੜੇ ਦੂਜਿਆਂ ਤੋਂ ਇੱਦਾਂ ਲਏ ਨੇ ਜੱਫੀਆਂ ਪਾ ਪਾ ਕੇ। ਕਈ ਨੇ ਪਿਛਲੇ ਕਈ ਦਿਨਾਂ ਤੋਂ ਰੌਲਾ ਪਿਆ ਹੋਇਆ, ਕਹਿੰਦੇ ਕਿ ਆਮ ਆਦਮੀ ਪਾਰਟੀ ਦੇ ਕਈ MLA ਨੇ ਇਕੱਠੇ ਹੋ ਕੇ ਰਾਜੇ ਦਾ ਮਹਿਲ ਖਰੀਦ ਲਿਆ, ਰਾਜੇ ਦੇ ਭਰਾ ਦਾ। ਅੱਛਾ, ਪਟਿਆਲੇ 'ਚ ਇੱਕ ਕੋਠੀ ਹੈ ਸੀ ਉਹਨਾਂ ਦੀ, ਕਹਿੰਦੇ ਕਿ ਉਹ ਆਮ ਆਦਮੀ ਪਾਰਟੀ ਦੇ MLA ਸਾਹਿਬਾਨ ਨੇ ਜਿਹੜੇ ਇਕੱਠੇ ਹੋ ਕੇ ਉਹਨਾਂ ਨੇ ਖਰੀਦ ਲਿਆ। ਉਹ ਭਾਈ ਰਾਜੇ ਨੇ, ਹੁਣ ਉਹ ਗੱਲ ਤਾਂ ਇਹੀ ਹੈ ਉਹਨਾਂ ਨੂੰ ਰਾਜੇ ਬਣਾਇਆ ਆਪਾਂ ਨੇ, ਉਹਨੂੰ ਰਾਜਿਆਂ ਵਾਲੇ ਕੰਮ ਕਰਕੇ ਦਿਖਾਉਣਗੇ ਵੀ ਤਾਂ ਇੱਦਾਂ ਹੀ ਹੁੰਦਾ ਹੁੰਦਾ। ਫਿਰ ਜੀ ਸੁਣਿਆ ਹੋਣਾ ਲਤੀਫਾ ਨਾ, ਕੋਈ ਬੰਦਾ ਕਹਿੰਦਾ ਸੀ, ਕਹਿੰਦੇ ਜੀ ਇਲੈਕਸ਼ਨ ਤੋਂ ਪਹਿਲਾਂ ਉਹ ਕਿਹਾ ਕਰੇ ਇਕੱਠੇ ਕਰਕੇ ਲਿਆਓ ਬੰਦੇ, ਇਕੱਠੇ ਕਰਕੇ ਲਿਆਓ। ਉਹ ਜਦੋਂ ਜਿੱਤ ਗਿਆ ਇਲੈਕਸ਼ਨ ਤਾਂ ਲੋਕ ਇਕੱਠੇ ਹੋ ਕੇ ਗਏ, ਕਹਿੰਦਾ ਕਿੱਧਰ ਨੂੰ ਇਕੱਠ ਕਰਿਆ ਹੋਵੇ, ਕਿੱਥੇ ਨੂੰ ਮੂੰਹ ਚੱਕਿਆ। ਇੱਕ ਦਿਨ 'ਚ ਹੀ ਰੰਗ ਬਦਲ ਜਾਂਦੇ ਨੇ ਮਤਲਬ ਅਸਲ ਦੇ ਵਿੱਚ। ਅਤੇ ਕੁਛ ਇਹ ਵੀ ਸਮਾਂ ਤੇਜ਼ੀ ਦਾ, ਬੜੀ ਜਲਦੀ ਰੰਗ ਬਦਲਦੇ ਨੇ। ਸੋ ਅਨਮੋਲ ਰਤਨ ਜੀ, ਸੋਰੀ ਉਹ ਕੀ ਅਮਿਤ ਰਤਨ ਜੀ ਜਿਹੜੇ ਵੀ ਹੈਗੇ ਨੇ ਉਹਨਾਂ ਨੂੰ ਮਤਲਬ, ਅੱਛਾ ਇੰਨੀ ਸਪੀਡ ਨਾਲ ਸਾਰਾ ਕੁਛ ਹੋ ਰਿਹਾ, ਤੁਸੀਂ ਕਮਾਲ ਇਹ ਦੇਖੋ। ਔਰ ਉਹਦੇ 'ਚੋਂ ਵੀ ਤੁਸੀਂ ਫੜੇ ਗਏ ਭਾਈ ਰੰਗੇ ਹੱਥੀਂ, ਤੁਸੀਂ ਮੰਨ ਲਓ ਯਾਰ ਇਹ ਗੱਲ ਨੂੰ, ਉਹਦੇ 'ਚੋਂ ਵੀ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਿ ਦੇਖਿਆ ਅਸੀਂ ਫੱਟੇ ਚੱਕਤੇ ਸੀ, ਸਾਡਾ 3 MLA ਫੜਿਆ ਗਿਆ ਰਿਸ਼ਵਤ ਲੈਂਦਾ, ਉਹਦਾ PA ਅਸੀਂ ਪਰਵਾਹ ਨਹੀਂ ਕਰੀ, ਕੋਈ ਗੱਲੇ ਨਹੀਂ, ਅਸੀਂ ਤਾਂ ਪਹਿਲਾਂ ਹੀ ਠੋਕ ਦਿੰਦੇ ਹਾਂ। ਉਹਦੇ 'ਚ ਇਹ ਗੱਲ ਹੈ ਨਾ ਕਿ ਜੋ ਤਾਂ ਐਕਸ਼ਨ ਲਿਆ,
उस एक्शन से तो सरकार प्राउड फील करती है। जो थोड़ी पार्टी के बैठा हुआ बंदा गलत काम कर रहा मनने तैयार नहीं ना वो क्यों मनना ये तो पता की है ये तो जलंधर के इलेक्शन दे है ने अजे तुम अजे लतीफपुरे का मसला उठूगा उत्थे शायद कोई अफसर अफसर से एक्शन लैके उत्थे भी कुछ करना पेगा मतलब बिल्कुल डे टू डे घंटे टू घंटा पोलिटिक्स करते हैं और अज तक कमाल देखो भी बयान तो बिना कुछ नहीं होंगे अज तक जीरा फैक्टरी की नोटिफिकेशन आ गई तुम देखिए गोल्डी ब्रॉड मेरा ख्याल आ गया टॉप सीक्रेट है अपन पता नहीं लगे इस गल का कि नहीं मतलब अजीब अजीब दुनिया ची रह रहे हैं कि जिहड़ियां गल्लां नाटकां च किते होर सुनदे हुंदे सी ना लतीफे कोई इधर उधर मतलब अल्फ लैला दियां स्टोरियां ये उदा की हकीकत साडे सामने पेश की जा रही है पर शर्म आउंदी है कई बार सोच के मतलब पंजाबियों की जिहड़ी असीं कहिंदे शान वखरी वो शान साडे सामने मतलब है हीज प्याज निकल रही है वखरी ही शान तां जी बिल्कुल 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 जी तो डॉक्टर साहब गल तो वो भी है कि अगे जाके कि आह गल भी ना निकले आए कि जो फड़िया गोल्डी बराड़ वह भाई कोई गोल्डी बराड़ का है नहीं होगा खड़ा किया गया गोल्डी बराड़ के नाम का तो कुछ भी हो सकता है जी कुछ भी हो सकता है मतलब ये जिस तरह घटनावां अपने सामने वापर रही ने यह जेडे अमित रतन जी कांग्रेस चो कटे हुए अकालिया च गए अकालिया चो कटे हुए इन्होंने कट्टर इमानदारी पार्टी ने अपनी गोदी चक ले तो हूँ ये खुद उन्होंने फड़ के मतलब कह रहे हैं भी देखो असी मतलब किन्ने इमानदार हाँ मतलब जे इदा कराया जा सकता है तो कुछ भी हो सकता बिल्कुल कुछ भी हो सकता डॉक्टर साहब सो बहुत बहुत शुक्रिया तुसी अपने कीमती समय चो समा कढ़ के विचार रखे डॉक्टर साहब बहुत बहुत धन्यवाद थोड़ा शुक्रिया जी शुक्रिया थैंक यू दोस्तों मेरे नाल जुड़े हुए सी युगे विद्वान डॉक्टर हरविंदर सिंह भट्टी साहब तो असी भ्रिष्टाचार के मामले से गलबात की जी गलबात की कि जिहड़ा सैशन है साडा बजट सैशन होना सी पंजाब दा साडा बजट आना सी उम्मीदां जिस बजट तो हुंदियां ने साडे लोकां नूं दूजे पासे दूजा बजट सी इह सरकार दा एक बजट पहला आया दूजा बजट आना सी ते गवर्नर साहब फिर उत्थे कहिंदे भसूड़ी पा के बह गए इदां नहीं होना हैगा देखण वाला होगा कि आने वाले दिनों दे विच गवर्नर साहब दे नाल जिहड़ा आ टकरा है ये कई बार हो चुकिया एक बार नहीं आखिर यह टकरा मोड़ किहड़ा लऊगा दिल्ली दे विच वी नसीब जंग तों मामला शुरू होया सी कित्थे तक पहुंचा हुण देखण वाला होगा जे अगे इस मामले दे विच की बनदा तुसीं सानूं जिहड़ी फीडबैक है वह कॉमेंट बॉक्स दे विच रख सकते हो सो तुसीं जुड़े रहो तुहाडे अपने चैनल लोकरण पंजाबी धन्नवाद।